ਹਾਂਜੀ ਸੌਰਵ ਜੀ, ਕੀ ਹਾਲ ਹੈ ਜੀ? ਜੈ ਸ਼੍ਰੀ ਰਾਮ ਸਰ। ਜੈ ਸ਼੍ਰੀ ਰਾਮ ਜੀ, ਕਿਵੇਂ ਹੋ? ਬਹੁਤ ਵਧੀਆ ਸਰ, ਬਹੁਤ ਵਧੀਆ ਮੈਂ ਤੁਹਾਡੀ ਵੀਡੀਓ ਦੇਖੀ ਯਾਰ, ਜਿਹੜੀ ਤੁਸੀਂ ਏਕ ਜ਼ਰੀਆ ਦਾ ਬਾਕਸ ਲਾ ਕੇ ਸੇਵਾ ਇਕੱਠੀ ਕਰ ਰਹੇ ਹੋ। ਸਰ ਬਹੁਤ ਬਹੁਤ ਧੰਨਵਾਦ ਸਰ, ਬੋਲਿਆ ਨਹੀਂ ਜਾਂਦਾ ਪਿਆ ਸਰ। ਨਹੀਂ ਸਰ ਮੈਨੂੰ ਉਮੀਦ ਨਹੀਂ ਬਈ ਤੁਹਾਡੇ ਨਾਲ ਗੱਲ ਹੋ ਰਹੀ ਹੈ ਮੇਰੀ। ਅੱਜ ਤੋਂ ਮੈਂ ਨਾ ਅੱਜ ਵੇਖ ਰਹੀ ਤੁਹਾਡੀ ਪ੍ਰੋਫਾਈਲ, 2019 ਚ ਤੁਹਾਨੂੰ ਮੈਸੇਜ ਕੀਤਾ ਹੋਇਆ ਸਰ। ਆਮ ਰੈਲੀ ਸੌਰੀ, ਮੈਂ ਤੁਹਾਡੇ ਨਾਲ ਗੱਲ ਬੜੀ ਲੇਟ ਕਰ ਰਿਹਾ ਕਿਉਂਕਿ ਮੈਸੇਜ ਬਹੁਤ ਜ਼ਿਆਦਾ ਨੇ। ਮੈਂ ਸਰ ਹਾਂਜੀ ਮੈਂ ਥੋੜਾ ਜਿਹਾ ਅੱਜ ਵੀ ਨਾ ਸਵੇਰ ਦਾ ਇੰਨਾ ਉਲਝਿਆ ਹੋਇਆ ਸੀਗਾ ਤੇ ਸਰ એનર્ਜੀ। ਪਤਾ ਤੁਸੀਂ ਬਿਜ਼ੀ ਹੋ, ਸਭ ਪਾਸੇ ਦੇਖਣਾ ਪੈਂਦਾ, ਮੈਂ ਤੁਹਾਡੀ ਵੀਡੀਓ ਵੇਖਣਾ। ਸਰ ਮੈਂ ਤੁਹਾਨੂੰ ਕੱਲ ਨਾ ਮੈਂ ਰੋ ਪਿਆ ਸੀ, ਗੱਲ ਵੀਡੀਓ ਵੇਖ ਕੇ ਨਾ ਉਹ ਵਾਲੀ ਦੇਖੀ ਨਹੀਂ ਗਈ ਸਰ, ਬਹੁਤ ਦੁੱਖ ਹੈ ਸਰ। ਜਿਹੜੇ ਇਨਸਾਨ ਹੁੰਦੇ ਨੇ ਨਾ, ਜਿਹੜੇ ਦਿਲ ਦੇ ਸਾਫ਼ ਬੰਦੇ ਹੁੰਦੇ ਨੇ, ਉਹ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ, ਤਾਂ ਤੁਸੀਂ ਉਹਨਾਂ ਚੋਂ ਇੱਕ ਹੋ। ਸਰ ਐ ਸੁੱਤਾ ਪਿਆ ਸੀ, ਐ ਹੰਝੂ ਆਉਂਦੀ ਸਰਾਣਿਆਂ ਤੇ ਡਿੱਗਦੇ ਪਏ ਸੀ। ਵਾਹਿਗੁਰੂ, ਬਹੁਤ ਔਖਾ ਸਰ। ਤੁਹਾਨੂੰ ਦੇਖੋ ਪ੍ਰਭੂ ਰਾਮ ਨੇ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਕਿ ਤੁਸੀਂ ਕਿਸੇ ਹੋਰ ਨੂੰ ਦੁਖੀ ਦੇਖ ਕੇ ਰੋਣ ਲੱਗ ਪਏ। ਸਰ ਬਹੁਤ ਬਹੁਤ ਜ਼ਿਆਦਾ ਤੁਹਾਡੀਆਂ ਵੀਡੀਓ ਮੈਂ ਅੱਜ ਤਾਂ ਨਹੀਂ, ਬਹੁਤ ਪੁਰਾਣੀਆਂ ਵੇਖਦਾ ਸਰ। ਮੈਂ ਨਾ ਕੋਈ ਕੋਸ਼ਿਸ਼ ਕਰਦਾ ਬਈ ਕਰਨ ਦੀ। ਥੈਂਕ ਯੂ। ਤਾਂ ਇਸ ਕਰਕੇ ਸਰ ਮੈਂ ਨਾ ਜੇ ਸੋਨਾ ਨਾ ਮੈਂ ਤੁਹਾਡੇ ਵਾਸਤੇ ਬਈ ਰਾਤੀ 1-1, 2-2 ਵਜੇ ਤੱਕ ਮੈਨੂੰ ਮੈਂ ਸੋਚਦਾ ਰਹਿੰਦਾ ਕੀ ਕਰਾਂ ਯਾਰ, ਕੁਛ ਮੈਂ ਕੀ ਕਰਾਂ ਐਨਜੀਓ ਵਾਸਤੇ, ਕੁਛ ਮੈਂ ਕੀ ਕਰਾਂ। ਥੈਂਕ ਯੂ। ਠੀਕ ਹੈ ਤੇ ਸਰ ਮੇਰੇ ਇੱਕ ਵਾਰੀ ਮੈਂ ਬੈਠੇ ਬੈਠੇ ਮੈਨੂੰ ਦਿਮਾਗ ਚ ਆਇਆ ਬਈ ਆਪਾਂ ਜਿਹੜੇ ਯਾਰਾਂ ਦੋਸਤਾਂ ਦੇ ਕੇਕ ਲੈ ਕੇ ਜਾਂਦੇ ਹਾਂ ਤੇ ਉਹੀ ਉਹਦੀ ਜਗ੍ਹਾ ਤੇ ਆਪਾਂ ਉਹਨਾਂ ਕੋਲ ਪੈਸੇ ਪਵਾ ਲਾਂਗੇ ਗੁੱਲਕ ਚ ਤੇ ਜਿੰਨੇ ਵੀ ਹੋਏ। ਤੇ ਸਰ ਮੈਂ ਸਟਾਰਟ ਕਰਦਾ ਮੇਰੇ ਘਰਦਿਆਂ ਤੋਂ, ਸ਼ੁਰੂਆਤ ਕਰਦਾ ਘਰਦਿਆਂ ਦਾ, ਮਤਲਬ ਕਿਸੇ ਮੇਰੇ ਮੰਮੀ ਪਾਪਾ ਹੈ ਨੀ ਗੇ ਸਰ, ਵਾਹਿਗੁਰੂ, ਤੇ ਆਪਦੇ ਤਾਇਆ ਤਾਈ ਕੋਲ ਰਹਿਣਾ ਪਿਆ। ਕਿੰਨੀ ਏਜ ਤੁਹਾਡੀ? ਜਿੰਨੀ ਵੀ ਹੈਲਪ। ਹਾਂਜੀ ਏਜ ਕਿੰਨੀ ਤੁਹਾਡੀ? ਏਜ ਮੇਰੀ 22 ਸਾਲ ਦਾ ਜੀ। ਅੱਛਾ, ਤੁਸੀਂ ਕੀ ਕੰਮ ਕਰਦੇ ਹੋ? ਸਬਜ਼ੀ ਦਾ ਕੰਮ ਕਰਦੇ ਆ ਸਰ। ਸਬਜ਼ੀ ਦਾ ਕੰਮ ਕਰਦੇ ਆ? ਮੈਂ ਤੁਹਾਡੀ ਵੀਡੀਓ ਦੇਖ ਕੇ ਨਾ ਮੈਨੂੰ ਛੋਟੇ ਹੁੰਦੇ ਪੜ੍ਹਾਈ ਲਿਖਾਈ ਛੱਡਦੀ ਸੀ ਸਰ। ਅੱਛਾ, ਤੇ ਸਭ ਛੋਟੇ ਹੁੰਦੇ ਜੋ ਜ਼ਿੰਮੇਵਾਰੀ ਪੈ ਗਈ ਸੀ। ਮਿਲਣ ਕਦੋਂ ਆਉਂਗੇ ਮੈਨੂੰ? ਮਕਾਨ ਸਰ ਕਿਰਾਏ ਤੇ ਆਪਣਾ। ਮਿਲਣ ਕਦੋਂ ਆਉਂਗੇ? ਜਦੋਂ ਸਰ ਮੇਰਾ ਬਹੁਤ ਦਿਲ ਆ ਸਰ, ਬਹੁਤ। ਸਵੇਰੇ ਕਿੰਨੇ ਵਜੇ ਉੱਠਦੇ ਹੋ ਫਿਰ? ਜ਼ਰੂਰ ਆਵਾਂਗੇ ਸਰ, ਮਾਰੇ ਥੋੜੇ ਪੈਸੇ ਨਾ ਇਕੱਠੇ ਕਰ ਲਈਏ ਥੋੜੇ। ਮੈਂ ਕਹਿੰਦਾ ਵੀ ਕੋਈ ਮਰੀਜ਼ ਰਵੇ ਨਾ ਸਰ ਜ਼ਿੰਦਗੀ ਚ ਨਾ ਸਰ। ਮੈਂ ਨਾ ਮੇਰੀ ਵਟਸਐਪ ਤੇ ਵੇਖ ਲਓ, ਬਾਲਾ ਜੀ ਦੀ ਮੂਰਤੀ ਫੋਟੋ ਲੱਗੀ ਹੋਈ ਆ। ਵਾਹ, ਮੈਂ ਬਾਲਾ ਜੀ ਦਾ ਭਗਤ ਆ ਤੇ ਮੈਂ ਸਾਲਾ ਸਰ ਬਹੁਤ ਜਾਣਾ ਤੇ ਸਰ ਯਕੀਨ ਮੰਨੋ ਸਾਲਾ ਸਰ ਜਾ ਕੇ ਨਾ ਮੈਂ ਕਦੇ ਗੱਡੀ ਨਹੀਂ ਮੰਗੀ ਤੇ ਮੈਂ ਕਦੇ ਮਕਾਨ ਨਹੀਂ ਮੰਗਿਆ ਆਪਦਾ। ਤੇ ਮੈਂ ਮਕਾਨ ਨਹੀਂ ਮੰਗਿਆ, ਮੈਂ ਸਿਰਫ ਇਹੀ ਮੰਗਿਆ ਭਾਈ ਰੱਬਾ ਮੈਨੂੰ ਇੰਨੇ ਯੋਗਾ ਕਰ ਦੇ ਮੈਂ ਹੈਲਪ ਕਰ ਸਕਾਂ, ਮੇਰੇ ਮਾਂ ਪਿਓ ਵੀ ਬਿਨਾਂ ਇਲਾਜ ਤੋਂ ਮਰੇ ਕਿਸੇ ਦੇ ਨਾ ਮੰਨ। ਓਏ ਹੋਏ, ਇਹ ਸਭ ਤੋਂ ਵੱਡਾ, ਇਸ ਤੋਂ ਵੱਡਾ ਹੋਰ ਕੀ ਮੰਗਣਾ ਹੈ? ਬਹੁਤ ਸਰ ਹੁਣ ਅੱਜ ਮੰਨੋਗੇ, ਅੱਜ ਮੈਂ ਰੇੜੀ ਸਾਹਮਣੇ ਘਰੇ ਆਇਆ ਰੇੜੀ ਤੇ, ਤੇ ਕੱਲ ਮੈਂ ਸਰ ਚਿੰਤਪੁਰ ਨਹੀਂ ਜਾਣਾ। ਵਾਹ, ਮਾਤਾ ਦੇ, ਜੈ ਮਾਤਾ ਦੀ, ਸਾਡੇ ਵੱਲੋਂ ਵੀ ਮੱਥਾ ਟੇਕਿਓ ਮਹਾਮਾਈ ਅੱਗੇ। ਉੱਥੇ ਜਾ ਕੇ ਵੀ ਸਰ ਤੁਹਾਡੀ ਤੁਹਾਡੇ ਵਾਸਤੇ ਤੁਹਾਡੀ ਪੂਰੀ ਟੀਮ ਵਾਸਤੇ ਸਾਰੇ ਸਾਰਿਆਂ ਵਾਸਤੇ ਸਰ ਦੁਆਵਾਂ ਕਰੂੰਗਾ ਸਰ। ਸਾਰਿਆਂ ਵਾਸਤੇ ਸਰਬੱਤ ਦਾ ਭਲਾ ਮੰਗਿਓ। ਬਹੁਤ ਬਹੁਤ ਸਰ ਮੈਂ ਨਾ ਉਦੋਂ ਲਾਈ ਇਨਕਮ ਹੋਈ ਮੈਨੂੰ 1300 ਰੁਪਈਆ ਤੇ ਜੋ ਕਿ ਅੱਗੇ ਪਿੱਛੇ ਹੁੰਦੀ ਸੀ 700, 800, 900। ਤੇ ਉਦੋਂ ਮੈਂ ਸਰ ਘਰੋਂ ਸੋਚ ਕੇ ਤੁਰਿਆ ਸੀ, ਮੈਂ ਕਿਹਾ ਮਹੀਨੇ ਚ ਇੱਕ ਨਾ ਇੱਕ ਦਿਨ ਆਪਾਂ ਇੱਕ ਦਿਨ ਡੇਰੀ ਲਾਵਾਂਗੇ, ਜਿੰਨੀ ਇਨਕਮ ਹੋਊਗੀ ਸਾਰੀ ਆਪਾਂ ਇੱਕ ਜ਼ਰੀਏ ਜਨਰੇਟ ਕਰਾਂਗੇ। ਮੇਰੇ ਨਾਲ ਸਰ ਮੇਰੀ ਵੀਡੀਓ ਵੇਖ ਕੇ 1-2 ਰੇੜੀ ਵਾਲੇ ਮੇਰੇ ਨਾਲ ਹੋਰ ਜੁੜ ਗਏ, ਮੇਰੇ ਬ੍ਰਦਰ ਜਿਹੜੇ ਨਾਲੇ ਭਰਾ ਹੁੰਦੇ ਆ ਉਹ ਕਹਿੰਦੇ ਜਿੱਦਣ ਤੂੰ ਵੀ ਰੇੜੀ ਲਾਵੇ ਸਾਨੂੰ ਦੱਸ, ਉਦਣ ਦੀ ਆਪਾਂ ਵੀ ਸੇਵਾ ਸਾਰੀ ਰੇੜੀ ਦੀ ਸੇਵਾ ਲਾਵਾਂਗੇ ਸਰ। ਕਿੰਨੇ ਵਜੇ ਉੱਠਦੇ ਹੋ ਸਵੇਰੇ ਤੁਸੀਂ? ਸਵੇਰੇ ਸਰ 6 ਵਜੇ ਉੱਠੀ ਦਾ ਜੀ। ਵਾਹ ਜੀ ਵਾਹ, ਮੈਂ ਆਉਂਗਾ ਤੁਹਾਨੂੰ ਕਿਸ ਦਿਨ, ਕਿਸ ਦਿਨ ਮਿਲਣ ਆਉਂਗਾ ਮੈਂ ਤੁਹਾਨੂੰ। ਮਲੋਟ ਆਇਓ ਸਰ ਕਦੇ? ਮਲੋਟ ਆਉਂਗਾ ਮੈਂ, ਸਪੈਸ਼ਲ ਆਉਂਗਾ ਇੱਕ ਦਿਨ। ਜ਼ਰੂਰ ਸਰ, ਬਹੁਤ ਨਾ ਯਕੀਨ ਮੰਨੋ ਸਰ ਮੈਂ ਨਾ 2-2 ਵਜੇ ਤੱਕ ਸੌਂਦਾ, ਕੀ ਕਰਾਂ ਜੀ ਵਾਸਤੇ ਕੀ ਕਰਾਂ ਰੱਬਾ। ਜਿੱਥੇ ਵੀ ਸਰ ਮੱਥਾ ਟੇਕਿਆ ਨਾ, ਜਿੱਥੇ ਵੀ ਮੱਥਾ ਟੇਕਿਆ, ਬਹੁਤ ਮੈਂ ਨਾ ਕੱਲ ਵੀ ਆਹੀ ਸੋਚੀ ਜਾਂਦਾ ਸੀ
ਮੈਂ ਚਿੰਤਪੁਰਨੀ ਜਾਊਂਗਾ ਨਾ ਮਾਤਾ ਕੋਲ ਜਾਊਂਗਾ, ਜਿਹੜੇ ਉੱਥੇ ਪੇਸ਼ੈਂਟ ਬੈਠੇ ਸਾਰਿਆਂ ਦੀ ਚਿੰਤਾ ਦੂਰ ਕਰਦੇ ਮਹਾਰਾਜ। ਸਰਬੱਤ ਦਾ ਭਲਾ ਮੰਗਿਆ ਕਰ, ਉਹਦੇ 'ਚ ਸਾਰੇ ਹੀ ਆ ਜਾਂਦੇ ਕਿ ਪਰਮਾਤਮਾ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ। ਕਸਮ ਕਸਮ ਵਾਲੀ ਗੱਲ ਆ ਸਰ, ਕੱਲ ਜ਼ਿੰਦਗੀ ਜਾਦੇ ਵਾਸਤੇ ਕੁਛ ਨਹੀਂ ਮੰਗਿਆ, ਆਪਦਾ ਮੈਂ ਮਕਾਨ ਨਹੀਂ ਮੰਗਿਆ। ਮੈਂ ਨਾ ਸਰ ਵੀਡੀਓ ਪਾਈ, ਮੈਨੂੰ ਲੋਕੀ ਬੜਿਆਂ ਨੇ ਦੁਆਵਾਂ ਦਿੱਤੀਆਂ, ਬੜੇ ਕਮੈਂਟ ਆਏ ਤੁਹਾਡੇ ਕਰਕੇ, ਬਹੁਤ ਵਧੀਆ ਆਇਆ। ਬੜਿਆਂ ਨੇ ਕਿਹਾ ਬਈ ਤੂੰ ਕੀ ਲੈਣਾ, ਤੂੰ ਆਪਦਾ ਘਰ ਵੇਖ, ਆਪਦਾ ਘਰ ਬਣਾ ਜਾਂ ਕੁਛ ਕਰ। ਮੈਂ ਕਿਹਾ ਯਾਰ ਬੋਲੀ ਜਾਓ ਯਾਰ, ਤੁਸੀਂ ਅਨਮੋਲ ਵੀਰ ਨੂੰ ਬੋਲਦੇ ਰਹਿੰਦੇ ਜਿਹੜਾ ਇੰਨਾ ਕੁਛ ਕਰਦਾ। ਮੈਂ ਕਿਹਾ ਮੇਰਾ ਤਾਂ ਫਿਰ ਚੀਜ਼ ਕੀ ਹੈ ਯਾਰ, ਜੋ ਨਹੀਂ ਮਰਜ਼ੀ ਨਹੀਂ ਕਹੀ ਜਾ। ਪਰਮਾਤਮਾ ਨੇ ਨਾ ਸਭ ਦੀ ਡਿਊਟੀ ਲਾਈ ਹੋਈ ਹੈ ਸੌਰਵ ਜੀ, ਸਭ ਦੀ ਨਹੀਂ ਡਿਊਟੀ ਹੈ ਸਰ, ਤਾਂ। ਮੈਨੂੰ ਬਹੁਤ ਜ਼ਿਆਦਾ ਨਾ, ਮੈਂ ਸਰ 2 ਵਜੇ ਤੱਕ ਹੱਸਦਾ ਰਿਹਾ। ਮੈਂ ਕਿਹਾ ਯਾਰ ਅਨਮੋਲ ਭਾਜੀ ਦਾ ਮੈਨੂੰ ਮੈਸੇਜ ਆ ਗਿਆ ਸਪੈਸ਼ਲ, ਇੰਨਾ ਕੁ ਹੱਸਿਆ ਨਾ ਮੈਂ ਜੀ। 2-2 ਵਜੇ ਤੱਕ ਮੈਂ ਬੇਲੀ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਫੋਨ ਆਇਆ ਯਾਰ, ਮੈਨੂੰ ਲੁਧਿਆਣੇ ਮੈਸੇਜ ਆਇਆ, ਮੇਰੀ ਸਟੋਰੀ ਪਾਈ ਹੈ, ਮਤਲਬ ਮੈਂ ਬਹੁਤ ਖੁਸ਼ ਸੀ ਸਰ। ਵਾਹਿਗੁਰੂ, ਖੁਸ਼ ਤੁਸੀਂ ਰਹੋ। ਮੈਸੇਜ ਕੀਤਾ, ਮੈਂ ਸਰ ਸਮਝ ਸਕਦਾ ਤੁਸੀਂ ਬਿਜ਼ੀ ਸੀ, ਮੈਂ ਤਾਂ ਹੀ ਤੁਹਾਨੂੰ ਕਿਹਾ ਨਹੀਂ। ਤੇ ਕੱਲ ਜਦੋਂ ਮੈਂ ਘਰੇ ਇਕੱਲਾ ਬੈਠਾ ਸੀ ਤੇ ਮੈਂ ਵੀਡੀਓ ਵੇਖ ਕੇ ਨਾ ਮੇਰੇ ਬਹੁਤ ਰੋਂਗਟੇ ਖੜੇ ਹੋ ਗਏ ਸਰ। ਨਹੀਂ ਨਹੀਂ ਖੁਸ਼ ਰਹੋ, ਤੁਸੀਂ ਖੁਸ਼ ਰਹੋ। ਮੇਰਾ ਨੰਬਰ ਤੁਹਾਡੇ ਕੋਲ ਆ ਗਿਆ, ਜਲਦੀ ਲੁਧਿਆਣੇ ਦਾ ਬਣਾਇਓ ਤੇ ਮੈਨੂੰ ਦਰਸ਼ਨ ਵੀ ਦੇ ਕੇ ਜਾਇਓ, ਤੇ ਉਧਰੋਂ ਮੈਂ ਵੀ ਆਉਂਦਾ। ਜ਼ਰੂਰ ਜ਼ਰੂਰ ਆਵਾਂਗੇ ਸਰ, ਧਿਆਨ ਰੱਖਿਓ ਸਰ। ਇੱਕ ਵਾਰੀ ਦਾ ਹਾਂਜੀ ਜ਼ਰੂਰ ਸਰ, ਜ਼ਰੂਰ ਆਇਓ ਜਦੋਂ ਮਲੋਟ ਆਇਓ, ਜ਼ਰੂਰ ਆਇਓ ਸਰ। ਪੱਕਾ ਮਿਲੂੰਗਾ ਤੁਹਾਨੂੰ। ਮੈਨੂੰ ਮੈਂ ਕਿਸੇ ਚੀਜ਼ ਨੂੰ ਲੈ ਕੇ 2-3 ਦਿਨ ਤੋਂ ਪਰੇਸ਼ਾਨ ਸੀ ਬਹੁਤ ਜ਼ਿਆਦਾ, ਪਰ ਤੁਹਾਡੀ ਵੀਡੀਓ ਨੇ ਮੈਨੂੰ ਬਹੁਤ ਸਕੂਨ ਦਿੱਤਾ, ਆਈ ਸਵੇਅਰ ਸਰ। ਸਰ ਇੱਕ ਇੱਕ ਦੁਆ, ਇੱਕ ਇੱਕ ਸਾਹਿਬ ਤੁਹਾਡੀ ਸਾਰੀ ਟੀਮ ਨੂੰ, ਤੁਹਾਨੂੰ ਸਾਰੀ ਟੀਮ ਨੂੰ, ਸਾਡੇ ਆਸ਼ੂ ਵੀਰਾ ਚਾਚਾ ਜੀ, ਸਾਰੀ ਸੱਜਣੀ ਟੀਮ ਮੈਂ ਜਾਣਦਾ, ਵਾਹਿਗੁਰੂ, ਸਾਰਿਆਂ ਨੂੰ ਦੁਆਵਾਂ ਸਰ, ਦਿਲੋਂ ਦੁਆਵਾਂ ਸਰ, ਸਰਬੱਤ ਜਿਹੜੇ ਕੰਮ ਦਾ ਕਰਦੇ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖਾਂ। ਤੁਸੀਂ ਵੀ ਖੁਸ਼ ਰਹੋ, ਜਿੰਨੀ ਕੋਲ ਸੇਵਾ ਹੋਈ ਜ਼ਰੂਰ ਕਰਕੇ ਜਾਵਾਂਗੇ। ਮੇਰਾ ਨੰਬਰ ਆ ਗਿਆ ਤੁਹਾਡੇ ਕੋਲ, ਕੋਈ ਮੇਰੇ ਲਈ ਸੇਵਾ ਦੀ ਲੋੜ ਹੋਈ ਜ਼ਰੂਰ ਕਰਿਓ। ਖੁਸ਼ ਰਹੋ ਜ਼ਿੰਦਗੀ 'ਚ, ਚੜ੍ਹਦੀ ਕਲਾ 'ਚ ਰਹੋ, ਤੇ ਆਪਾਂ ਇੱਕ ਦਿਨ ਪੋਡਕਾਸਟ ਵੀ ਜ਼ਰੂਰ ਕਰਾਂਗੇ ਤੁਹਾਡੇ ਨਾਲ ਕਿ ਤੁਸੀਂ ਕਿਵੇਂ ਕੰਮ ਕਰਦੇ ਹੋ। ਪੋਡਕਾਸਟ ਦੇਖਦੇ ਹੋ? ਹਾਂਜੀ ਸਰ, ਪੋਡਕਾਸਟ ਤਾਂ ਕੋਈ ਛੱਡੀ ਦਾ ਨਹੀਂ, ਸਭ ਵੇਖਦਾ। ਏ ਕੇ ਟੇਕਸ ਤੁਹਾਡਾ ਟੇਬਲ ਸਾਡਾ ਬਹੁਤ ਸੋਹਣਾ ਸਰ, ਜਿਹੜਾ ਤੁਸੀਂ ਲਿਆਂਦਾ ਨਾ। ਦਿਖਾਵਾਂ ਟੇਬਲ, ਮੈਂ ਉੱਥੇ ਬੈਠਾ, ਆ ਟੇਬਲ ਸਾਡਾ ਬਹੁਤ ਸੋਹਣਾ ਸਰ, ਉਸੇ ਟੇਬਲ ਦੇ ਕੋਲ ਹੀ ਬੈਠਾ ਮੈਂ। ਆ ਦੇਖ, ਆ ਟੇਬਲ ਹੈ, ਉਧਰ ਟੇਬਲ ਹੈ, ਉੱਥੇ ਬੈਠਾ। ਹਾਂਜੀ ਸਰ, ਹਲੋ ਸਰ, ਮੇਰੇ ਨਾ, ਹਲੋ, ਹਾਂਜੀ, ਬਹੁਤ ਸੋਹਣਾ ਸਰ, ਬਹੁਤ ਸੋਹਣਾ, ਬਹੁਤ ਜ਼ਿਆਦਾ ਵਧੀਆ। ਥੈਂਕ ਯੂ। ਮੇਰੇ ਦੋਸਤ ਕਹਿੰਦੇ ਆ, ਮੇਰੇ ਦੋਸਤ ਕਹਿੰਦੇ ਤੁਸੀਂ ਸਟੋਰੀ ਪਾਈ ਦਾ, ਕਹਿੰਦੇ ਹੁਣ ਤੇਰਾ ਅਨਮੋਲ ਵਰਨਾ ਪੋਡਕਾਸਟ ਆਏਗਾ, ਸਾਡਾ ਨਾਮ ਲਏਗਾ ਵਿੱਚ। ਮੈਂ ਕਿਹਾ ਕੋਈ ਨਹੀਂ, ਤੁਸੀਂ ਆਪਣਾ, ਨਹੀਂ ਨਹੀਂ ਆਪਾਂ ਕਰਾਂਗੇ, ਆਪਾਂ ਆਪਾਂ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵੀ ਜਿੰਨੇ ਭਰਾ ਆਪਣੇ ਕਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ, ਉਹਨਾਂ ਨੂੰ ਵਧੀਆ ਸਲਾਹ ਦਈਏ, ਕਿਉਂਕਿ ਉਹ ਵੀ ਹੋਰ ਪੈਸੇ ਕਮਾਉਣ ਤੇ ਹੋਰ ਸੇਵਾ ਕਰਨ। ਸਰ ਮੇਰੇ ਨਾਲ ਬਹੁਤ ਬੰਦੇ, ਬਹੁਤ ਜ਼ਿਆਦਾ ਜਣੇ ਮੇਰੇ ਨਾਲ ਜੁੜੇ ਆ, ਕਹਿੰਦੇ ਬਹੁਤ ਵਧੀਆ ਕੰਮ ਕੀਤਾ, ਅਸੀਂ ਵੀ ਕਰਾਂਗੇ। ਮੈਨੂੰ ਵੀ ਇੱਕ ਮੋਟੀਵੇਸ਼ਨ ਮਿਲੀ ਆ ਸਾਰਿਆਂ ਨੂੰ, ਬਈ ਤੂੰ ਕਰਤਾ ਬਈ ਯਾਰ, ਅਸੀਂ ਵੀ ਕਰਾਂਗੇ ਯਾਰ। ਬਹੁਤ ਸਰ ਸਕੂਨ ਮਿਲਿਆ ਨਾ, ਇੰਨਾ ਕੁਝ ਜ਼ਿਆਦਾ ਕੋਈ ਆਪਾਂ ਨੂੰ ਵੇਖ ਕੇ। ਮੈਂ ਸਿਰਫ ਸਰ ਬਹੁਤ ਟਾਈਮ ਤੋਂ ਤੁਹਾਨੂੰ ਫੋਲੋ ਕਰਦਾ ਹੁੰਦਾ, ਤੁਸੀਂ ਇੰਸਟਾਗ੍ਰਾਮ ਵੇਖਿਓ, ਮੈਂ 2019 ਚ ਮੈਸੇਜ ਕੀਤਾ ਉਦੋਂ ਤੁਹਾਨੂੰ ਵੇਖਦਾ ਹੁੰਦਾ। ਤੇ ਸਰ ਮੇਰੀ ਇੰਨੀ ਕੋਈ ਔਕਾਤ ਨਹੀਂ ਸੀ, ਮੈਂ ਕੁਛ ਕਰਾਂ, ਮੈਂ ਆਪਦੇ ਜ਼ਿੰਮੇਵਾਰੀਆਂ ਸੀ, ਮਜਬੂਰੀਆਂ ਸੀ ਘਰ ਦੀਆਂ। ਨਹੀਂ 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 ਕੋਈ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮਾਰੇ ਕਿਰਪਾ ਕਰੋ, ਤੁਸੀਂ ਖੁਸ਼ ਰਹੋ, ਆਪਾਂ ਮਿਲਦੇ ਰਹਾਂਗੇ, ਧਿਆਨ ਰੱਖਿਓ। ਜ਼ਰੂਰ ਸਰ, ਥੈਂਕ ਯੂ ਸੌਰਵ ਜੀ, ਥੈਂਕ ਯੂ, ਬਾਏ, ਟੇਕ ਕੇਅਰ, ਥੈਂਕ ਯੂ, ਥੈਂਕ ਯੂ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਥੈਂਕ ਯੂ। ਠੀਕ ਹੈ ਯਾਰ, ਮੁੰਡੇ ਤੇ ਚਾਹ ਹੀ ਨਹੀਂ ਮੁੱਕਿਆ ਯਾਰ, ਇਹ ਨਾ ਸੌਰਵ ਮੁੰਡਾ ਹੈ, ਅਤੇ ਅੱਜ ਤੋਂ 2-3 ਦਿਨ ਪਹਿਲਾਂ ਮੈਨੂੰ ਕਿਸੇ ਨੇ ਰੀਲ ਟੈਗ ਕੀਤੀ, ਅਤੇ ਆ ਸੌਰਵ ਨੇ ਨਾ ਰੀਲ ਬਣਾਈ, ਜਿੱਦਾਂ ਵਲੌਗ ਨਹੀਂ ਬਣਾਉਂਦਾ ਮੈਂ ਛੋਟੇ ਛੋਟੇ ਜਿਹੇ, ਕਿ ਮੈਂ ਹੁਣ ਉੱਠ ਗਿਆ, ਮੈਂ ਖਾ ਲਿਆ, ਮੈਂ ਪੀ ਲਿਆ, ਮੈਂ ਤਾਂ ਚਲੋ ਫਨੀ ਬਣਾਉਂਦਾ, ਅਤੇ ਇਹ ਮੁੰਡੇ ਨੇ ਵਲੌਗ ਬਣਾਇਆ, ਰੇਹੜੀ ਆਪਣੀ ਸਬਜ਼ੀ ਦੀ ਰੇਹੜੀ ਲਾਈ, ਸਵੇਰੇ ਸਵੇਰੇ ਉੱਠਿਆ 6 ਵਜੇ, ਅਤੇ ਸਾਰਾ ਦਿਨ ਰੇਹੜੀ 'ਤੇ ਸਮਾਨ ਕੀਤਾ, ਮਿਹਨਤ ਕੀਤੀ, ਸ਼ਾਮ ਤੱਕ ਜਿੰਨੇ ਪੈਸੇ ਬਣੇ ਨਾ 1300 ਰੁਪਏ ਬਣਿਆ, ਇੰਨੇ ਘਰੇ ਗੁੱਲਕ ਲਾਈ ਹੋਈ ਹੈ, ਉਹਦੇ ਵਿੱਚ ਜਾ ਕੇ 1300 ਰੁਪਏ ਪਾਤਾ। ਮੈਨੂੰ ਪਰਮਾਤਮਾ ਕਸਮ, ਮੈਨੂੰ ਆਪਣੇ ਪੇਰੈਂਟਸ ਦੀ ਕਸਮ, ਇੰਨੀ ਮੇਰੀ ਰੂਹ ਨੂੰ ਸ਼ਾਂਤੀ ਮਿਲੀ ਨਾ ਉਹ ਵੀਡੀਓ ਦੇਖ ਕੇ, ਫਿਰ ਮੇਰਾ ਦਿਲ ਕੀਤਾ ਕਿ ਯਾਰ ਮੈਂ ਤਾਂ ਗੱਲ ਕਰੂੰਗਾ, ਤਾਂ ਅੱਜ ਉਹ ਸੁਪਨਾ ਪੂਰਾ ਹੋਇਆ। ਦਿਲ ਤਾਂ ਮੇਰਾ ਕਰਦਾ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰਾਂ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਇੱਕ ਦਿਨ ਮਹੀਨੇ 'ਚ ਐਸਾ ਰੱਖਾਂ ਜਦੋਂ ਮੈਂ ਤੁਹਾਡੇ ਸਾਰਿਆਂ ਨਾਲ ਵੀਡੀਓ ਕਾਲ 'ਤੇ ਗੱਲ ਕਰਾਂ।
ਥੈਂਕ ਯੂ ਮਹਾਰਾਜ, ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ, ਖੁਸ਼ ਰਹੋ। ਤੁਹਾਡਾ ਚਿੱਠੀਆਂ ਰਾਹੀਂ ਬੇਸ਼ੁਮਾਰ ਪਿਆਰ ਮੈਨੂੰ ਮਿਲਦਾ ਰਹਿੰਦਾ। ਇੱਕ ਮੈਨੂੰ ਛੋਟੀ ਭੈਣ ਵੱਲੋਂ ਚਿੱਠੀ ਆਈ ਹੈ, ਮਨਮੀਤ ਕੌਰ, ਮੈਂ ਪੜ੍ਹੀ, ਬਹੁਤ ਖੂਬਸੂਰਤ ਲਿਖਿਆ, ਔਰ ਸਿਰਫ ਪਲੱਸ ਵਨ ਦੇ ਵਿੱਚ ਇਹ ਮੇਰੀ ਛੋਟੀ ਭੈਣ ਹਲੇ, ਅਤੇ YS ਪਬਲਿਕ ਸਕੂਲ ਬਰਨਾਲੇ ਤੋਂ ਇਹ ਚਿੱਠੀ ਆਈ ਹੈ, ਅਤੇ ਮਾਡਲ ਟਾਊਨ ਐਕਸਟੈਂਸ਼ਨ ਜਿੱਥੇ ਅਸੀਂ ਬੈਠਦੇ ਹਾਂ ਉੱਥੇ ਦੀ ਚਿੱਠੀ ਹੈ। ਤੁਹਾਨੂੰ ਮੇਰਾ ਮੈਨੂੰ ਤੁਹਾਡਾ ਬੇਸ਼ੁਮਾਰ ਪਿਆਰ ਮਿਲ ਰਿਹਾ ਅਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਚਿੱਠੀ ਮੇਰੇ ਭਰਾ ਨੇ ਭੇਜੀ ਹੈ, ਅਸ਼ੀਸ਼ ਸਿੰਘ, ਯੋਰ ਫੇਥਫੁਲੀ, YPS ਸਕੂਲ ਹੰਡੀਆ ਬਰਨਾਲਾ। ਇਹ ਦੋ ਚਿੱਠੀਆਂ ਮੈਨੂੰ ਮਿਲੀਆਂ, ਇਹਦੇ ਲਈ ਦਿਲ ਤੋਂ ਸਲਾਮ, ਸ਼ੁਕਰੀਆ। ਹਾਲਾਂਕਿ ਮੈਨੂੰ ਬਹੁਤ ਫੋਨ ਆਉਂਦੇ ਨੇ ਕਿ ਗਿਫਟ ਭੇਜਣਾ, ਸਮਾਨ ਭੇਜਣਾ, ਐਡਰੈਸ ਦਿਓ, ਐਡਰੈਸ ਦਿਓ, ਤਾਂ ਕਿਸੇ ਕੋਲ ਮੇਰਾ ਐਡਰੈਸ ਨਹੀਂ ਹੈ, ਕਿਉਂਕਿ ਨਾ ਮੇਰਾ ਘਰ ਦਾ ਕਿਸੇ ਨੂੰ ਪਤਾ ਹੈ, ਨਾ NGO ਵਾਲੀ ਜਗ੍ਹਾ ਦਾ ਪਤਾ ਹੈ, ਕਿਉਂਕਿ NGO ਵਾਲੀ ਜਗ੍ਹਾ ਦਾ ਐਡਰੈਸ ਤਾਂ ਪਤਾ, ਪਰ ਉਹਨਾਂ ਕੋਲ ਕੋਈ ਪ੍ਰੋਪਰ ਕੁਛ ਭੇਜਣ ਵਾਸਤੇ ਜ਼ਿੰਮੇਦਾਰੀ ਦੇ ਨਾਲ ਕੁਛ ਹੁੰਦਾ ਨਹੀਂ। ਪਰ ਮੈਂ ਚਾਹੁੰਦਾ ਤੁਸੀਂ ਮੈਨੂੰ ਦੁਆਵਾਂ ਪਿਆਰ ਭੇਜੋ, ਪਰ ਫਿਰ ਵੀ ਇਹ ਚਿੱਠੀਆਂ ਚੁੱਠੀਆਂ ਭੇਜ ਸਕਦੇ ਹੋ, ਸਿਰਫ ਪਿਆਰ ਭਰੀਆਂ, ਗਲਤ ਚਿੱਠੀ ਨਹੀਂ ਭੇਜਣੀ। ਅਤੇ ਇੱਕ ਚਿੱਠੀ ਮੈਨੂੰ ਹੋਰ ਆਈ ਹੈ ਕੱਲ੍ਹ, ਇਹ ਮੈਨੂੰ ਆਈ ਹੈ ਨਵੇਂ ਸ਼ਹਿਰ ਤੋਂ, MP ਸਿੰਘ ਬਾਈ ਨੇ ਚਿੱਠੀ ਭੇਜੀ ਹੈ। ਇਸ ਚਿੱਠੀ ਦੇ ਵਿੱਚ ਜਿਹੜੀ ਇੱਕ ਥੋੜ੍ਹੀ ਜਿਹੀ ਗਲਤ ਗੱਲ ਹੋ ਗਈ ਉਹ ਇਹ ਹੋ ਗਈ ਕਿ ਚਿੱਠੀ ਤਾਂ ਮੈਨੂੰ ਮਿਲੀ ਚਿੱਠੀ ਦੇ ਨਾਲ ਨਾ 1100 ਰੁਪਇਆ, 1100 ਪਤਾ ਨਹੀਂ, 1000 ਹੈ ਕਿ ਸ਼ਾਇਦ 500 ਹੈ, ਮੈਂ ਖੋਲ੍ਹਿਆ ਨਹੀਂ ਪੈਕਟ ਵਾਲਾ, 500 ਹੈ ਸ਼ਾਇਦ, ਚਿੱਠੀ ਦੇ ਨਾਲ 500 ਰੁਪਇਆ ਮੈਨੂੰ ਭੇਜਿਆ। ਮੈਂ ਇਹਦੀ ਬਹੁਤ ਕਦਰ ਕਰਦਾ, ਦੇਖੋ ਬਹੁਤ ਕਦਰ ਕਰਦਾ, ਪਰ ਮੇਰੀ ਮਜਬੂਰੀ ਹੈ ਕਿ ਇਹ ਮੈਂ ਪੈਸੇ ਤੁਹਾਡੇ ਕੋਲ ਲੈ ਨਹੀਂ ਸਕਦਾ, ਇਹ ਪੈਸੇ ਮੈਂ ਇੱਦਾਂ ਹੀ ਸੇਮ ਚਿੱਠੀ 'ਤੇ ਡਿਲੀਵਰ ਕਰੂੰਗਾ ਵਾਪਸ। ਦੇਖੋ ਤੁਸੀਂ ਇੱਕ ਕੰਮ ਕਰੋ, ਤੁਸੀਂ ਮੈਨੂੰ ਪਿਆਰ ਕਰਦੇ ਹੋ, ਤੁਸੀਂ ਘਰੇ ਇੱਕ ਬਾਕਸ ਲਾ ਲਓ, ਉਹ ਬਾਕਸ ਦੇ ਵਿੱਚ ਹਰ ਮਹੀਨੇ ਜਾਂ ਰੋਜ਼ 5 ਰੁਪਏ, 100 ਰੁਪਏ, 50 ਰੁਪਏ, 5000, 50,000, 1,00,000, 2,00,000 ਰੁਪਏ ਪਾਉਣੇ ਸ਼ੁਰੂ ਕਰ ਦਿਉ। ਜਦੋਂ ਉਹ ਬਾਕਸ ਭਰ ਜਾਵੇ ਜਾਂ ਜਦੋਂ ਕਦੀ ਤੁਹਾਡੇ ਕੋਲ ਟਾਈਮ ਹੋਵੇ ਸਾਲ 'ਚ ਇੱਕ ਵਾਰੀ, ਇੱਕ ਤਾਂ ਮੈਨੂੰ ਮਿਲ ਜਿਓ, ਮੈਨੂੰ ਆਸ਼ੀਰਵਾਦ ਦੇ ਜਿਓ ਆਪਣਾ, ਇੱਕ ਉਸ ਜਗ੍ਹਾ 'ਤੇ ਆ ਕੇ ਸੇਵਾ ਕਰ ਜਿਓ, ਉਹਦੇ 'ਚ ਵਧੀਆ ਹੋ ਜਾਏਗਾ। ਬਾਕੀ ਜਿਹੜੀ ਤੁਹਾਡੀ ਚਿੱਠੀ ਮਿਲੀ ਹੈ ਮੈਨੂੰ, ਇਹਦੇ ਲਈ ਦਿਲ ਤੋਂ ਸਲਾਮ ਹੈ, ਕਿਉਂਕਿ ਬੜਾ ਦਿਲੋਂ ਇਹ ਚਿੱਠੀ ਦੇ ਵਿੱਚ ਸਾਰਾ ਪਿਆਰ ਲਿਖਿਆ ਹੋਇਆ, ਜਿਹੜਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਮੈਂ ਕਰ ਸਕਦਾ, ਛੋਟਾ ਜਿਹਾ ਦੱਸ ਦਿੰਦਾ। ਏਕ ਜ਼ਰੀਆ ਅਨਮੋਲ ਸਰ, ਮੇਰੇ ਵੱਲੋਂ ਤੁਹਾਨੂੰ ਨਿਊ ਤੀਰਥ 'ਤੇ ਬਹੁਤ ਬਹੁਤ ਮੁਬਾਰਕਾਂ ਬਰੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ। ਜੋ ਤੁਸੀਂ ਇਹ ਉਪਰਾਲਾ ਲਾਸਟ ਕਈ ਸਾਲਾਂ ਤੋਂ ਕਰ ਰਹੇ ਹੋ, ਉਸ ਲਈ ਦਿਲ ਤੋਂ ਸਲਿਊਟ ਹੈ। ਲਿਖਾਈ ਤੁਹਾਡੀ ਵੀ ਮੇਰੇ ਵਰਗੀ ਹੈ, ਅਤੇ ਆ ਸਾਰੀ ਚਿੱਠੀ 'ਚ ਬਹੁਤ ਪਿਆਰ ਸਤਿਕਾਰ, ਮੇਰੇ ਲਈ ਜਿੰਦ ਜਾਨ ਨੇ ਮੇਰੀਆਂ ਚਿੱਠੀਆਂ, ਅਤੇ ਸ਼ੁਕਰੀਆ। ਤੁਸੀਂ ਆਪਣੀਆਂ ਚਿੱਠੀਆਂ ਭੇਜ ਦਿਓ, ਥੋੜ੍ਹੇ ਦਿਨਾਂ 'ਚ ਆਪਣੀ ਜਗ੍ਹਾ ਸ਼ੁਰੂ ਹੋ ਜਾਣੀ ਹੈ ਇੱਕ ਜ਼ਰੀਆ ਫਾਊਂਡੇਸ਼ਨ ਦੀ, ਮੈਂ ਤੁਹਾਨੂੰ ਪ੍ਰੋਪਰ ਐਡਰੈਸ ਦੇ ਦੂੰਗਾ, ਤੁਸੀਂ ਜੋ ਦਿਲ ਕਰੇ ਚਿੱਠੀਆਂ, ਮਤਲਬ ਕੁਛ ਹੋਰ ਗਿਫਟ ਗੁਫਟ ਨਾ ਭੇਜਿਓ, ਸਿਰਫ ਚਿੱਠੀਆਂ, ਪਿਆਰ, ਦੁਆਵਾਂ ਮੈਨੂੰ ਭੇਜ ਸਕਦੇ ਹੋ, ਮੈਂ ਤੁਹਾਨੂੰ ਆਪਣਾ ਐਡਰੈਸ ਦੇ ਦੂੰਗਾ ਪ੍ਰੋਪਰ, ਤੁਸੀਂ ਉੱਥੇ ਪਾਰਸਲ ਕਰ ਸਕਦੇ ਹੋ, ਪਰ ਪੈਸੇ ਨਾ ਭੇਜਿਆ ਕਰੋ। ਪਤਾ ਕਿਉਂ, ਇਸ ਪੈਸਿਆਂ ਦਾ ਮਿਸਯੂਜ਼ ਵੀ ਹੋ ਸਕਦਾ ਮੇਰੇ ਤੱਕ ਨਾ ਪਹੁੰਚਣ, ਪਰ ਮੈਂ ਪੈਸੇ ਚਾਹੁੰਦਾ ਵੀ ਨਹੀਂ ਕਿ ਤੁਸੀਂ ਮੈਨੂੰ ਭੇਜੋ, ਪਰ ਮੈਂ ਤੁਹਾਡੇ, ਦੇਖੋ ਜਿਹੜੀ ਤੁਸੀਂ ਮੇਰੀ ਵੀਡੀਓ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਇਹ ਵੀ ਬਹੁਤ ਵੱਡੀ ਸੇਵਾ, ਤਾਂ ਮੈਂ ਉਹ ਵੀ ਸੇਵਾ, ਤੁਹਾਡੀ ਸੇਵਾ ਸਮਝੂੰਗਾ। ਚਿੱਠੀਆਂ ਮੈਂ ਰੱਖ ਲਊਂਗਾ, ਇਹ ਤੁਹਾਨੂੰ ਮੈਂ ਬੈਕ ਪਾਰਸਲ ਕਰੂੰਗਾ ਕੱਲ੍ਹ, ਠੀਕ ਹੈ? ਅਤੇ ਬਹੁਤ ਬਹੁਤ ਧੰਨਵਾਦ, ਤੁਹਾਡਾ ਪਿਆਰ, ਚਿੱਠੀਆਂ ਤਾਂ ਮੈਨੂੰ ਮਿਲਦਾ ਰਹਿੰਦਾ। ਹਾਂ, ਹੋਰ ਚਿੱਠੀ ਆਈ ਸੀਗੀ ਇੱਕ, ਅਤੇ ਇਹਦੇ ਵਿੱਚ ਰੱਖੜੀਆਂ ਭੇਜੀਆਂ ਸੀਗੀਆਂ ਭੈਣ ਨੇ, ਰੱਖੜੀਆਂ ਦੀ ਵੀ ਮੈਨੂੰ ਚਿੱਠੀਆਂ ਮਿਲਦੀਆਂ ਰਹਿੰਦੀਆਂ, ਮੈਂ ਸਾਰਿਆਂ ਨੂੰ ਆਪਣੇ ਦਿਲ ਨਾਲ ਲਾ ਕੇ ਰੱਖਦਾ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਲਈ, ਇੱਦਾਂ ਹੀ ਪਿਆਰ ਸਤਿਕਾਰ ਬਣਾਏ ਰੱਖਿਓ, ਵੀਡੀਓ ਨੂੰ ਸ਼ੇਅਰ, ਲਾਈਕ, ਕਮੈਂਟ ਕਰਦੇ ਰਹੋ, ਇਹੀ ਬਹੁਤ ਵੱਡੀ ਸੇਵਾ ਮੇਰੇ ਲਈ। ਬਾਕੀ ਨਵਾਂ ਸ਼ੋਅ ਕਰੀਅਰ ਵਿਦ ਅਨਮੋਲ ਕੁਆਤਰਾ ਆ ਰਿਹਾ, ਕਰੀਅਰ ਵਿਦ ਅਨਮੋਲ ਇੰਸਟਾਗ੍ਰਾਮ ਪੇਜ ਸਬਸਕ੍ਰਾਈਬ ਕਰ ਲਿਓ, ਯੂਟਿਊਬ 'ਤੇ ਪੇਜ ਅਨਮੋਲ ਕੁਆਤਰਾ ਇੱਕ ਜ਼ਰੀਆ ਸਬਸਕ੍ਰਾਈਬ ਕਰ ਲਿਓ, ਵਟਸਐਪ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਜੁੜੇ ਰਹੋ। ਆਪਾਂ ਇੱਕ ਪਰਿਵਾਰ ਹਾਂ, ਮਿਲ ਜੁਲ ਕੇ ਸਮਾਜ ਲਈ ਹਮੇਸ਼ਾ ਕੁਛ ਅੱਛਾ ਹੀ ਕਰਾਂਗੇ। ਆਈ ਵਿਲ ਟਰਾਈ ਟੂ ਮੇਕ ਦਿਸ ਬੈਟਰ ਪਲੇਸ। ਥੈਂਕ ਯੂ।